ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਜਿਹੜੇ ਫੈਮਿਲੀ ਵੀਜ਼ਾ ਨਿਕਲਣੇ ਸ਼ੁਰੂ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਲਾਸਟਲੇ ਜਿਹੜੇ ਫਰਵਰੀ ਦੇ ਮਹੀਨੇ ਦੇ ਇਸ ਟਾਈਮ ਨਿਕਲ ਰਹੇ ਆ ਆਪਣੇ ਕ ਵੀਰ ਨੇ ਸਾਨੂੰ ਆਪਣਾ ਪ੍ਰੂਫ ਭੇਜਿਆ ਜੀ ਆਪਣਾ ਜਿਹੜਾ ਵੀਜ਼ਾ ਭੇਜਿਆ ਜਿਸ ਦੇ ਵਿੱਚ ਉਹਨੂੰ ਦੱਸਿਆ ਕਿ 22 ਫਰਵਰੀ ਨੂੰ ਉਹਨੂੰ ਪੂਰਾ ਇੱਕ ਸਾਲ ਹੋ ਜਾਣਾ ਸੀ ਤੇ ਹੁਣ ਉਹਦੇ ਜਿਹੜੇ ਆ ਪੇਪਰ ਨਿਕਲ ਗਏ ਨੇ ਇਸ ਕਰਕੇ ਜੇਕਰ ਤੁਹਾਡੀਆਂ ਫਾਈਲਾਂ ਫਰਵਰੀ ਤੋਂ ਬਾਅਦੀਆਂ ਨੇ ਤਾਂ ਤੁਹਾਨੂੰ ਉਨਾ ਟਾਈਮ ਉਡੀਕਣਾ ਪੈਣਾ ਐਸ ਟਾਈਮ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਜਨਵਰੀ ਫਰਵਰੀ ਚੱਲ ਰਿਹਾ ਕਿਉਂਕਿ ਪਿਛਲੇ ਸਾਲ ਦੀ ਜਿਹੜੀਆਂ ਫਾਈਲਾਂ ਪੈਂਡਿੰਗ ਹੋਈਆਂ ਨੇ ਜੇਕਰ ਹੁਣ ਤੁਸੀਂ ਫਾਈਲ ਜਮ੍ਹਾਂ ਕਰਾਉਂਦੇ ਹੋ ਤੁਹਾਡੀ 2-3 ਮਹੀਨੇ ਤੱਕ ਨਹੀਂ ਨਿਕਲਦੀ ਤਾਂ ਉਸ ਦਾ ਮਤਲਬ ਹੈ ਜੀ ਪਿਛਲੀਆਂ ਫਾਈਲਾਂ ਪੈਂਡਿੰਗ ਹੋਣ ਦੇ ਕਾਰਨ ਫਾਈਲ ਨਹੀਂ ਨਿਕਲ ਰਹੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਲਈ ਤੁਸੀਂ ਕੁਲੀ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਜੋ ਅਪਡੇਟ ਆ ਰਿਹਾ ਅੱਜ ਸਵੇਰ ਦੀਆਂ ਖਬਰਾਂ ਦਾ ਉਹ ਹੈ ਜੀ ਕਿ ਪੇਕੀ ਨੂੰ 2022 ਜਿਹਦੇ ਵਿੱਚ ਚਾਈਨਾ ਦੇ ਵਿੱਚ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ 올림픽 ਖੇਡਾਂ ਜਿਹੜੀਆਂ ਸਿਆਲਾਂ ਦੀਆਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਲਹਿਰ ਹੈ ਭਾਗ ਜਿਹੜੇ ਖਿਡਾਰੀ ਨੇ ਉਹਨਾਂ ਦੇ ਵਿੱਚੋਂ 45 ਬੰਦੇ ਪੋਜ਼ਿਟਿਵ ਆ ਚੁੱਕੇ ਨੇ 45 ਖਿਡਾਰੀ ਆ ਜਿਹੜੇ ਪੋਜ਼ਿਟਿਵ ਆ ਚੁੱਕੇ ਨੇ ਉਸ ਤੋਂ ਬਾਅਦ ਇੱਕ ਰਿਪੋਰਟ ਨਵੀਂ ਜਾਰੀ ਕੀਤੀ ਗਈ ਹੈ ਜੀ ਜਿਹੜਾ ਕੋਵਿਡ ਦੇ ਨਾਲ ਜਿਨ੍ਹਾਂ ਬੰਦਿਆਂ ਦੇ ਵੈਕਸੀਨ ਨਹੀਂ ਲੱਗੀ ਉਹੀ ਬੰਦਿਆਂ ਦੀ ਮੌਤ ਜ਼ਿਆਦਾਤਰ ਹੋ ਰਹੀ ਹੈ ਜ਼ਿਆਦਾਤਰ ਜਿਨ੍ਹਾਂ ਦੀ ਉਮਰ 40 ਤੋਂ ਲੈ ਕੇ 49 ਸਾਲ ਤੱਕ ਉਹਨਾਂ ਦੇ ਵਿੱਚ ਜਿਹੜਾ ਮਰਨ ਦਾ ਖਤਰਾ 1.8 ਗੁਣਾ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ 2 ਗੁਣਾ ਜ਼ਿਆਦਾ ਮਰਨ ਦਾ ਖਤਰਾ ਉਹਨਾਂ ਦੇ ਨਾਲੋਂ ਜ਼ਿਆਦਾ ਜਿਨ੍ਹਾਂ ਦੀ ਵੈਕਸੀਨ ਲੱਗੀ ਹੋਈ ਹੈ ਉਸ ਤਰ੍ਹਾਂ ਹੀ ਜਿਹੜੇ ਤਿੰਨ ਗੁਣਾ ਜ਼ਿਆਦਾ ਵੱਧ ਜਾਂਦੇ ਇਹਨਾਂ ਦੇ ਫੇਫੜਿਆਂ ਦਾ ਖਰਾਬ ਹੋਣ ਦਾ ਵੀ ਖਤਰਾ ਹੋ ਸਕਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਡਾਕਟਰ ਬਹੁਤ ਸਾਰੇ ਮਸ਼ਹੂਰ ਹਸਤੀਆਂ ਜਿਨ੍ਹਾਂ ਬੰਦਿਆਂ ਨੇ ਵੈਕਸੀਨ ਨਹੀਂ ਲਵਾਈ ਸੀ ਜਿਹੜੇ ਮੰਨੇ ਪਰ ਮੰਨੇ ਹੋਏ ਵੈਕਸੀਨ ਦੇ ਖਿਲਾਫ ਬੰਦੇ ਸਨ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਰਮਨ ਦੇ ਵਿੱਚ 217000 ਬੰਦੇ ਜਿਹੜੇ ਨਵੇਂ ਕੇਸ ਆਏ ਆ 217815 ਅਤੇ 172 ਮਰੀਜ਼ਾਂ ਦੀ ਮੌਤ ਰਜਿਸਟਰ ਹੋਈ ਹੈ ਰਸ਼ੀਆ ਦੇ ਵਿੱਚ 170000 ਜਿਹੜਾ ਨਵਾਂ ਕੇਸ ਰਜਿਸਟਰ ਹੋਇਆ ਲਾਸਟਲੇ 24 ਘੰਟਿਆਂ ਦੇ ਵਿੱਚ ਗੱਲ ਕਰਦੇ ਹਾਂ ਜੀ ਕਰਨੇ ਵਾਲੇ ਕਰਨੇ ਵਾਲੇ ਜਿਸ ਦੇ ਵਿੱਚ ਲੋਕੀ ਨੱਚਦੇ ਨੇ ਟੱਪਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਰੰਗ-ਬਰੰਗੇ ਕੱਪੜੇ ਪਾਉਂਦੇ ਨੇ ਜਿਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਸ ਵਾਰ ਜਿਹੜਾ ਕਰਨੇ ਵਾਲੇ ਨੂੰ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਬ੍ਰਾਜ਼ੀਲ ਦਾ ਜਿਹੜਾ ਕਰਨੇ ਵਾਲਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੁੰਦਾ ਜਿਹੜੇ 'ਚ ਤੁਸੀਂ ਦੇਖਿਆ ਨਾ ਲੋਕੀ ਨੱਚਦੇ ਟੱਪਦੇ ਨੇ ਅ ਤੁਰਕੀ ਦੀ ਜਿਹੇ ਗੱਲ ਕਰੀ ਦੱਸਿਆ ਜਾ ਰਿਹਾ ਕਿ ਤੁਰਕੀ ਦਾ ਜਿਹੜਾ ਪ੍ਰੈਜ਼ੈਂਟ ਆ ਉਹ ਤੇ ਉਸ ਦੀ ਜਿਹੜੀ ਵਾਈਫ ਆ ਉਹ ਦੋਨੇ ਜਿਹੜੇ ਆ ਪੋਜ਼ਿਟਿਵ ਆ ਗਏ ਨੇ ਇੱਕ ਨਵਾਂ ਅਪਡੇਟ ਆ ਰਿਹਾ ਜੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਕਾਫੀ ਗੱਲਬਾਤ ਚੱਲ ਰਹੀ ਸੀ ਕਿ ਓਮੀਕਰੋਨ ਦੇ ਖਿਲਾਫ ਇੱਕ ਵੈਕਸੀਨ ਬਣਨੀ ਚਾਹੀਦੀ ਜਿਸ ਵੈਕਸੀਨ ਦੇ ਨਾਲ ਸਿਰਫ ਅਤੇ ਸਿਰਫ ਆਪਣਾ ਜਿਹੜਾ ਓਮੀਕਰੋਨ ਇਹਨੂੰ ਮਾਰਨ ਦੀ ਲੋੜ ਆ ਤੇ ਹੁਣ ਨਵੀਂ ਜਿਹੜੀ ਰਿਸਰਚ ਕੀਤੀ ਗਈ ਇਹਦੇ ਹਿਸਾਬ ਇਸ ਹਿਸਾਬ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ ਜੀ ਕਿ ਵੈਕਸੀਨ ਓਮੀਕਰੋਨ ਦੇ ਲਈ ਬਣਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਵੈਕਸੀਨ ਇਸ ਟਾਈਮ ਚੱਲ ਰਹੀ ਹੈ ਇਹੀ ਓਮੀਕਰਨ ਦਾ ਖਾਤਮਾ ਕਰ ਸਕਦੀਆਂ ਨੇ ਜਰਮਨ ਤੋਂ ਆ ਰਿਹਾ ਜੀ ਇੱਕ ਆਪਣਾ ਨਵਾਂ ਅਪਡੇਟ ਦੱਸਿਆ ਜਾ ਰਿਹਾ ਕਿ ਹੁਣ ਬੱਚੇ ਵੀ ਆਪਣੇ ਪੇਰੈਂਟਸ ਚੁਣ ਸਕਣਗੇ ਬਿਲਕੁਲ ਸਹੀ ਸੁਣਿਆ ਜਿਸ ਤਰ੍ਹਾਂ ਹਰ ਮਾਪਾਪ ਨੂੰ ਇੱਕ ਇਹ ਹੱਕ ਆ ਕਿ ਆਪਣੇ ਬੱਚਿਆਂ ਨੂੰ ਗੋਦ ਲੈ ਸਕਦਾ ਜਰਮਨ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਨ ਜਾ ਰਿਹਾ ਜਿਨ੍ਹਾਂ ਦੇ ਨਾਲ ਬੱਚੇ ਆਪਣੇ ਪੇਰੈਂਟਸ ਚੁਣ ਸਕਦੇ ਨੇ ਆਪਣੇ ਪੇਰੈਂਟਸ ਨੂੰ ਗੋਦ ਲੈ ਸਕਦੇ ਨੇ ਜੇਕਰ ਕਿਸੇ ਸ਼ਬਦ ਸੀ ਸ਼ਬਦਾਵਲੀ ਵਰਤਣੀ ਹੋਵੇ ਉਹਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਬੱਚੇ ਦੀ ਆਪਣੇ ਘਰਦਿਆਂ ਦੇ ਨਾਲ ਨਾ ਬਣਦੀ ਹੋਵੇ ਤਾਂ ਆਪਣੇ ਨਵੇਂ ਪੇਰੈਂਟਸ ਲੈ ਕੇ ਕਿਸੇ ਪਾਸੇ ਵਿਆਹ ਕਰਨਾ ਹੋਵੇ ਤਾਂ ਉੱਤੇ ਵਿਆਹ ਵੀ ਕਰ ਸਕਦਾ ਕਿਉਂਕਿ ਨਵੇਂ ਪੇਰੈਂਟਸ ਆ ਜਿਹੜੇ ਉਹ ਉਸ ਦੇ ਨਾਲ ਹੋਣਗੇ ਤੇ ਜੋ ਉਹਨਾਂ ਦੇ ਹੱਕ ਨੇ ਸਭ ਕੁਝ ਉਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਆਪਣਾ ਮਰਾਕੋ ਤੋਂ ਮਰਾਕੋ ਦੇ ਵਿੱਚ 5 ਸਾਲ ਦਾ ਬੱਚਾ 5 ਸਾਲ ਦਾ ਬੱਚਾ ਜੋ ਕਿ ਇੱਕ ਬੋਰ ਦੇ ਵਿੱਚ ਡਿੱਗਿਆ ਹੋਇਆ ਜਿਸ ਦੀ ਜਿਹੜੀ ਚੌੜਾਈ ਹੈ तकरीबन 25 ਸੈਂਟੀਮੀਟਰ ਦੱਸੀ ਜਾ ਰਹੀ ਹੈ 6 ਜੀਸੀਬੀ ਮਸ਼ੀਨਾਂ ਉਹਦੇ ਆਲੇ-ਦੁਆਲੇ ਖੁਦਾਈ ਕਰ ਰਹੀਆਂ ਲਗਾਤਾਰ 4 ਦਿਨਾਂ ਤੋਂ ਤੇ ਉਹਦੇ ਨਜ਼ਦੀਕ ਪਹੁੰਚ ਗਏ ਸੀ ਅੱਜ ਸਵੇਰੇ ਨਜ਼ਦੀਕ ਪਹੁੰਚ ਗਏ ਤੇ ਹੁਣ ਹੱਥਾਂ ਦੇ ਨਾਲ ਜਿਹੜੀ ਖੁਦਾਈ ਕੀਤੀ ਗਈ ਹੈ ਬੱਚੇ ਦੇ ਕੋਲ ਪਹੁੰਚਣ ਦੇ ਲਈ ਤਾਂ ਜੋ ਜਿਹੜਾ ਉਤੋਂ ਮਿੱਟੀ ਖਿਸਕ ਨਾ ਜਾਵੇ ਤੇ ਇਸ ਟਾਈਮ ਜਿਹੜੇ ਲੇਟੈਸਟ ਅਪਡੇਟ ਆ ਰਿਹਾ ਜੀ ਉਸ ਬੱਚੇ ਦੇ ਕੋਲ ਪਹੁੰਚ ਗਏ ਨੇ ਤੇ ਇਹ ਦੱਸਣਾ ਮੁਮਕਿਨ ਨਹੀਂ ਹੈ ਕਿ ਹੁਣ ਇਸ ਵੇਲੇ ਜਦੋਂ ਡਾਕਟਰ ਪਹੁੰਚੇ ਨੇ ਕਿ ਉਹ ਬੱਚੇ ਦੇ ਹਾਲਾਤ ਕਿਦਾਂ ਨੇ ਇੱਕ ਗੱਲ ਜ਼ਰੂਰ ਹੈ ਕਿ ਉਸ ਬੱਤੀ ਬੱਚੇ ਦੇ ਜਿਹੜੀਆਂ ਸੱਟਾਂ ਜ਼ਰੂਰ ਬਹੁਤ ਗੁੰਝਵੀਆਂ ਲੱਗੀਆਂ ਹੋਣਗੀਆਂ ਕਿਉਂਕਿ ਜਿੰਨੀ 32 ਮੀਟਰ ਸੀ 32 ਮੀਟਰ ਦੀ ਉਚਾਈ ਤੋਂ ਸਿੱਧਾ ਆ ਕੇ ਡਰੰਮ ਕਰਕੇ ਉਹ ਥੱਲੇ ਡਿੱਗਿਆ ਉਸ ਤੋਂ ਬਾਅਦ ਹੈਲੀਕਾਪਟਰ ਉਹਦੇ ਨੇੜੇ ਆ ਜੀ ਹੈਲੀਕਾਪਟਰ ਜਿੱਦਾਂ ਹੀ ਬੱਚੇ ਨੂੰ ਬਾਹਰ ਕੱਢਿਆ ਜਾਣਾ ਹੈਲੀਕਾਪਟਰ ਰਾਹੀਂ ਸਭ ਤੋਂ ਨਜ਼ਦੀਕੀ ਜਿਹੜਾ ਹਸਪੀਟਲ ਐਮਰਜੈਂਸੀ ਉੱਥੇ ਉਹਨੂੰ ਸ਼ਿਫਟ ਕੀਤਾ ਜਾਣ ਜੀ ਵੱਧਦੇ ਜੀ ਆਪਣੇ ਅਗਲੇ ਅਪਡੇਟ ਵੱਲ ਅਗਲਾ ਅਪਡੇਟ ਆ ਰਿਹਾ ਜੀ ਦੱਸਿਆ ਜਾ ਰਿਹਾ ਹੈ ਕਿ ਇਹ ਗੱਲ ਹੈ ਜੀ ਟਰਮੀਨੀ ਦੀ ਟਰਮੀਨੀ ਦੇ ਵਿੱਚ ਜਿਹੜੇ ਸੈਂਸਾ 33 ਹੁੰਦੇ ਆ ਜਿਹੜੇ ਸੈਂਸਾ 30 ਹੁੰਦੇ ਆ ਜਿਹੜੇ ਜਿਨ੍ਹਾਂ ਬੰਦਿਆਂ ਕੋਲ ਆਪਣਾ ਘਰ ਦਾ ਰਹਿਣ ਦਾ ਟਿਕਾਣਾ ਨਹੀਂ ਹੁੰਦਾ ਚਾਰ ਦਿਵਾਰੀ ਜਿੱਥੇ ਰਹਿਣਾ ਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਰੋਟੀ ਦੇਣ ਦੇ ਲਈ ਰੋਕੇ ਕਾਫੀ ਗਏ ਟਰਮੀਨੀ ਦੇ ਕੋਲ ਤੇ ਉਹ ਗਏ ਤੇ ਉਹ ਕਹਿ ਰਹੇ ਸੀ ਇਹ ਫੈਮਿਲੀ ਆ ਜੀ ਉੱਥੇ ਲੋਧੋ ਵੀ ਕੋ ਪਿੰਡ ਦੀ ਸ਼ਾਇਦ ਪਉ ਨਹੀਂ ਨਾਲ ਦੀ ਫੈਮਿਲੀ ਆ ਜੀ ਉੱਥੇ ਗਏ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਖਾਣਾ ਦੇ ਦਿੰਨੇ ਆ ਭੁੱਖੇ ਬੈਠੇ ਨੇ ਨੇ ਠੰਡ ਦੇ ਵਿੱਚ ਜਾਊਗੇ ਕਿਤੇ ਤੇ ਉਹ ਉਹਨਾਂ ਨੂੰ ਖਾਣਾ ਦੇ ਰਹੇ ਹੁੰਦੇ ਨੇ ਤੇ ਪੁਲਿਸ ਪਹੁੰਚਦੀ ਆ ਕਹਿੰਦੇ ਨਹੀਂ ਤੁਸੀਂ ਇਹਨਾਂ ਨੂੰ ਖਾਣਾ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜੇ ਖਾਣਾ ਦੇ ਰਹੇ ਸੀ ਅਸੀਂ ਆਪਣੀ ਗੱਲ ਨੂੰ ਠੀਕ ਕਰਦੇ ਆ ਜੀ ਉਹ ਇੱਕ ਸੰਸਥਾ ਜਿਸ ਦਾ ਨਾਮ ਹੈ ਜੀ ਕਾਜ਼ਾ ਫਾਮੀਲੀਆ ਲੋਦੋ ਵਿਕੋਪਾਬੋਨੀ ਉਹ ਕਹਿੰਦੇ ਜੀ ਤੁਸੀਂ ਖਾਣਾ ਨਹੀਂ ਦੇ ਸਕਦੇ ਕਿਉਂਕਿ ਖਾਣਾ ਦੇਣਾ ਇਹ ਖਿਲਾਫ ਆ ਜੀ ਦੇ ਬੰਦੇ ਘੁੰਮ ਫਿਰ ਰਹੇ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਨਹੀਂ ਖੜ੍ਹ ਸਕਦੇ ਉਹ ਕਹਿੰਦੇ ਵੀ ਅਸੀਂ ਕਿਉਂ ਨਹੀਂ ਖੜ੍ਹ ਸਕਦੇ ਅਸੀਂ ਸਿਰਫ ਇਹਨਾਂ ਨੂੰ ਖਾਣਾ ਦੇ ਰਹੇ ਹਾਂ ਕਹਿੰਦੇ ਜੀ ਕਾਨੂੰਨ ਦੇ ਖਿਲਾਫ ਆ ਪਬਲਿਕ ਪਲੇਸਾਂ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਇਹ ਸੀ ਇੱਕ ਗੱਲ ਇਸ ਤੋਂ ਵੀ ਕੀ ਸਾਨੂੰ ਦੇਖਣ ਨੂੰ ਮਿਲਦਾ ਜੀ ਕਿ ਅੱਜ ਦੇ ਦਿਨਾਂ ਦੇ ਵਿੱਚ ਕਿਸੇ ਦਾ ਭਲਾ ਕਰਨ ਵੇਲੇ ਵੀ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਕਹਿੰਦੇ ਨੇ ਕਿ ਭਲਾ ਨਾ ਕੀਤਾ ਜਾਵੇ ਅਗਲੇ ਅਪਡੇਟ ਵਾਲ ਚੱਲਦੇ ਜੀ ਦਾਨੀਆਂ ਦੇ ਵਿੱਚ ਆਇਆ ਪੋਚਾਲ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪੋਚਾਲ ਦਾ ਕੋਸ ਸਾਇਦ ਇਹ ਸੰਤ ਵੀਨੇਰੀਨਾ ਦੇ ਵਿੱਚ ਜ਼ਿਆਦਾ ਸੁਣਨ ਨੂੰ ਮਿਲਿਆ ਤੇ ਜਿਹੜਾ ਮਾਂਝੇ ਤੂ ਦਾ ਇਹਦਾ ਹਿਸਾਬ ਲਾਇਆ ਗਿਆ ਜੀ 3.3 ਮਾਂਝੇ ਤੂ ਦਾ ਸੀ ਫਿਲਹਾਲ ਦੱਸਿਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦਾ ਨੁਕਸਾਨ ਜਿਹੜਾ ਨਹੀਂ ਸਾਹਮਣੇ ਆਇਆ ਪਰ ਇਸ ਟਾਈਮ ਦੱਸਿਆ ਜਾ ਰਿਹਾ ਕਿ ਲੋਕੀ ਡਰ ਰਹੇ ਨੇ ਕਿ ਨਾ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਚਾਲ ਆ ਰਹੇ ਨੇ ਇਟਲੀ ਦੇ ਵਿੱਚ ਜੇ ਲਾਸਟਲੇ ਟਾਈਮ ਦੀ ਗੱਲ ਕਰੀਏ ਤਾਂ ਲਾਸਟਲੇ 1-2 ਮਹੀਨਿਆਂ ਦੇ ਵਿੱਚ ਕਾਫੀ ਵਾਰ ਪਚਾਲ ਦੇ ਛੱਟ ਕੇ ਦੇਖਣ ਨੂੰ ਮਿਲ ਨੇ ਬਾਅਦ ਵਿੱਚ ਆਪਣੇ ਅਗਲੇ ਬਿਟੇ ਵਾਲ ਜਿਹੜਾ ਅਗਲਾ ਅਪਡੇਟ ਆ ਜੀ ਗੁਲਤੇਰੀ ਨੇ ਇੱਕ ਨਵਾਂ ਆਰਡੀਨੈਂਸ ਕੀਤਾ ਹੈ ਕਿ ਜਿਹੜੇ ਲੋਕ ਆ ਜ਼ਿਆਦਾ ਇਕੱਠਾ ਨਾ ਕਰਨ ਤੇ ਇਸ ਦੇ ਚੱਕਰ ਦੇ ਵਿੱਚ 16 ਬੰਦਿਆਂ ਦੇ ਸਿਰ 'ਤੇ ਜੁਰਮਾਨਾ ਹੋ ਗਿਆ ਜੋ ਕਿ ਪੀ ਰਹੇ ਸਨ ਖਾਣ ਪੀ ਰਹੇ ਸਨ ਓਪਨ ਸਪੇਸ ਦੇ ਵਿੱਚ ਤੇ ਜਿਹੜੀਆਂ 17 ਤਿਵਿਤਾ ਕੁਮਰ 40 17 ਜਿਹੜੇ ਬੰਦਿਆਂ ਦੀਆਂ ਮਾਰਕਟਾਂ ਨੂੰ ਬੰਦ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਬੰਦੇ ਆ ਟੇਰਮਿਨੀ ਸਨ ਲੋਰੈਂਸੋ ਤਰਾਸਵੇਸਟਰੇ ਪਰਾਤੀ ਨੋਮੇਨਟਾਨੋ ਤ੍ਰੀਐਸਤੇ ਸਲਾਰੀਓ ਤੇ ਜਿਹੜਾ ਪਿਆਸਾ ਬੋਲੋਨੀਆ ਇਹਨਾਂ ਦੇ ਵਿੱਚ ਸ਼ਾਪੇ ਬੰਦੇ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆ ਬੰਗਲਾਦੇਸ਼ੀ ਆ ਜਿਨ੍ਹਾਂ ਨੂੰ ਬੰਦ ਕੀਤਾ ਗਿਆ 4-4000 ਰੁਪਏ ਦੇ ਜੁਰਮਾਨੇ ਤੇ 5-5 ਦਿਨਾਂ ਦੇ ਲਈ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਨੂੰ ਮਿਨੀ ਮਾਰਕਟਾਂ ਨੂੰ ਬੰਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਸ਼ਰਾਬਾਂ ਵੀ ਵੇਚੀਆਂ ਸਨ ਤੇ ਇਹਦੇ ਨਾਲ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਸ਼ਾਇਦ ਸਿਰਫ ਉਹ 바ਰਲੇ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਹੀ ਇਦਾਂ ਦਾ ਕੰਮ ਕੀਤਾ ਜਾ ਰਿਹਾ ਇਸ ਟਾਈਮ ਕੋਈ ਨਵਾਂ ਨਵਾਂ ਲਾਇਸੈਂਸ ਲੈਂਦਾ ਉਹਦੇ ਮਨ ਦੇ ਵਿੱਚ ਇੱਕ ਫਤੂਰ ਹੁੰਦਾ ਉਹਨੂੰ ਹੁੰਦਾ ਕਿ ਮੈਂ ਜਿਹੜਾ ਮੋਟਰਸਾਈਕਲ ਮੈਂ ਜਿਹੜੀ ਗੱਡੀ ਆ ਫਿਲਮਾਂ ਦੇ ਵਾਂਗ ਬਹੁਤ ਤੇਜ਼ ਚਲਾਵਾਂ ਇਸ ਤਰ੍ਹਾਂ ਦੇ ਕੁਝ ਘਟਿਆ ਰੋਮਾ ਦੇ ਵਿੱਚ ਇੱਕ ਘਟਨਾ ਘਟਿਆ ਜੀ ਰੋਮਾ ਦੇ ਵਿੱਚ ਇੱਕ ਮੁੰਡਾ ਜਿਸ ਦੀ ਉਮਰ ਮੋਟਰਸਾਈਕਲ ਤੇ ਚਲਾ ਰਿਹਾ 21 ਸਾਲ ਦੱਸੀ ਜਾ ਰਹੀ ਹੈ ਰੋਮਾ ਦੀਆਂ ਗਲੀਆਂ ਦੇ ਵਿੱਚ ਰੋਮਾ ਦੇ ਸ਼ਹਿਰਾਂ ਦੇ ਵਿੱਚ ਰੋਮਾ ਦੇ ਸ਼ਹਿਰ ਦੇ ਵਿੱਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਜਿੰਨੀ ਉਹਦੀ ਰਫ਼ਤਾਰ ਸੀ ਉਦੇ ਕੋਲ ਸਾਹਮਣੇ ਹੋਇਆ ਤੇ ਉਹਨੇ ਹੋਰ ਤੱਕ ਕਿਸੇ ਦੇ ਵਿੱਚ ਕੀ ਵੱਜਣਾ ਹੀ ਪੁਲਿਸ ਦੀ ਖੜੀ ਗੱਡੀ ਦੇ ਵਿੱਚ ਟੱਕਰ ਮਾਰੀ ਤੇ ਹੁਣ ਜਿਹੜੇ ਪੁਲਿਸ ਵਾਲੇ ਦੋ ਪੁਲਿਸ ਵਾਲੇ ਫੱਟੜ ਹੋਏ ਨੇ ਤੇ ਉਸ ਬੰਦੇ ਨੇ ਦੱਸਿਆ ਜਾ ਰਿਹਾ ਕਿ ਸ਼ਰਾਬ ਪੀਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਗੱਡੀ ਚਲਾਉਣ ਦੇ ਚੱਕਰ ਚ ਪਹਿਲਾਂ ਤਾਂ ਜੀ ਇਹਦਾ ਲਾਇਸੈਂਸ ਦੇ ਦੇ ਅਸਰ ਪੈਣਾ ਦੂਸਰਾ ਜਿਹੜੀ ਗੱਡੀ ਦਾ ਨੁਕਸਾਨ ਆ ਉਹ ਤੇ ਹੋਣਾ ਤੀਸਰਾ ਇਹਦਾ ਮੋਟਰਸਾਈਕਲ ਸਗਾ ਜੋ ਵੀ ਹੈ ਜਿਹੜਾ ਇੰਨੀ ਸਪੀਡ ਤੇ ਚੱਲਦਾ ਉਹਨੂੰ ਜ਼ਬਤ ਕੀਤਾ ਜਾਣਾ ਚੌਥਾ ਜੀ ਇਹਨੂੰ ਹੋਰ ਵੀ ਬਹੁਤ ਸਾਰੇ ਦੇ ਸੱਡ ਜੁਰਮਾਨੇ ਪੈ ਸਕਦਾ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਨਹੀਂ ਚਲਾਣੀ ਚਾਹੀਦੀ ਲਾਇਸੈਂਸ ਤੁਸੀਂ ਦੇਖਿਓ ਵੀ ਜੇ ਜਿੰਨੀ ਸਪੀਡ ਆ ਜੇਕਰ ਉਹ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਐਕਸਟਰਾ ਹੋਵੇ ਤਾਂ ਲਾਇਸੈਂਸ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਤੇ ਇਹਦਾ ਤਾਂ ਸ਼ਾਇਦ ਲਾਇਸੈਂਸ ਉਹਨਾਂ ਨੇ ਹੁਣ ਹਮੇਸ਼ਾ ਲਈ ਹੀ ਰੱਖ ਲੈਣਾ ਕਿਉਂਕਿ ਜਿਨ੍ਹਾਂ ਜਗਾਵਾਂ ਤੇ 50 ਕਿਲੋਮੀਟਰ ਪ੍ਰਤੀ ਘੰਟਾ ਜਾਣ ਦੀ ਸਪੀਡ ਹੋਵੇ ਜਾਂ 70 ਹੋਵੇ ਤੇ ਉੱਥੇ 150 ਤੇ ਜਾਣਾ ਤੇ ਉਹ ਤਾਂ ਆਪ ਹੀ ਪੰਗੇ ਲੈਣਾ ਜੇ ਸਰਕਾਰ ਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਇੱਥੇ ਸਮਾਪਤ ਹੋ ਜਾਂਦੀਆਂ ਨੇ ਜੀ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਅਪਡੇਟ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਅਪਡੇਟ ਨਹੀਂ ਆ ਰਿਹਾ 2020 ਦੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਅਪਡੇਟ ਨਹੀਂ ਆ ਰਿਹਾ ਤੇ ਮਿਲਦੇ ਹਾਂ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹੇ ਟਾਲਿਨ ਕਾਪਨ ਤੋਂ ਇਨਕਲੂਜ਼ਿੰਗ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ